ਬੈਂਕ ਫੈਡਰੇਸ਼ਨ ਅੱਜ ਤਮਾਮ ਬੈਂਕਾਂ ਦੇ ਵਿੱਚ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਵੱਲੋਂ ਇੱਕ ਦਿਨ ਦੀ ਸੰਗਠਿਤ ਹੜਤਾਲ ਕੀਤੀ ਜਾ ਰਹੀ ਹੈ। ਉਹਨਾਂ ਵਿੱਚ ਮੁੱਖ ਮੰਗਾਂ ਜਿੱਥੇ ਬੈਂਕਾਂ ਦਾ ਮਰਜਰ ਹੈ, ਕਿਉਂਕਿ ਪਿਛਲੇ ਸਮੇਂ 'ਚ ਦੇਖਿਆ ਜਿੱਥੇ ਸਰਕਾਰ ਕਹਿੰਦੀ ਹੈ ਮਰਜਰ ਨਾਲ ਬੜੇ ਬੈਂਕ ਵੱਡੇ ਹੋ ਗਏ ਜਾਂ ਉਹਨਾਂ ਦਾ ਸੁਧਾਰ ਹੋਇਆ। ਪਿਛਲੇ ਸਮੇਂ 'ਚ ਦੇਖਿਆ SBI 'ਚ 8-9 ਹਜ਼ਾਰ ਬ੍ਰਾਂਚਾਂ ਬੰਦ ਹੋ ਗਈਆਂ, ਉਹਨਾਂ ਦੀ ਕਸਟਮਰ ਸਰਵਿਸ ਹੈ ਉਹ ਦਿਨੋਂ ਦਿਨ ਫਲੋਪ ਹੋ ਰਹੀ ਹੈ ਅਤੇ ਲੋਕਾਂ ਦੇ ਜਿਹੜੇ ਲੋਨ ਹੈ ਉਹ ਐਲਫੀਏ ਹੋ ਰਹੇ ਹੈ। ਉਹਦੇ ਨਾਲ ਹੀ ਬੈਂਕਾਂ ਦਾ ਰਿਫਾਰਮ ਹੈ, ਜੋ ਅਸੀਂ ਦੇਖੀਏ ਵੀ ਬੈਂਕਾਂ ਦੇ ਰਿਫਾਰਮ ਦੇ ਨਾਂ 'ਤੇ ਨੀਤੀਆਂ ਦੇ ਨਾਂ 'ਤੇ ਬੈਂਕਾਂ ਦਾ ਜੋ ਪਬਲਿਕ ਸੈਕਟਰ ਦਾ ਡਿਪੋਜ਼ਿਟ ਪਿਆ, ਜੋ ਆਮ ਲੋਕਾਂ ਦਾ ਡਿਪੋਜ਼ਿਟ ਪਿਆ, ਉਹਨਾਂ 'ਤੇ ਵਿਆਜ ਦੀ ਦਰ ਲਗਾਤਾਰ ਘਟਾਈ ਜਾ ਰਹੀ ਹੈ। ਕਿਉਂਕਿ ਡਿਫੋਲਟ 'ਤੇ ਵਿਆਜ ਦੀ ਦਰ ਘਟਾਉਣ ਦਾ ਕਾਰਨ ਇਹ ਹੈ ਵੀ ਵੱਡੇ ਵੱਡੇ ਜੋ ਕਾਰਪੋਰੇਟ ਹੈ ਉਹਨਾਂ ਨੂੰ ਲੋਨ ਸਸਤਾ ਦੇਣਾ। ਜੇ ਲੋਨ ਸਸਤਾ ਦੇਣਾ ਤਾਂ ਆਮ ਪਬਲਿਕ ਦਾ ਡਿਪੋਜ਼ਿਟ ਹੈ, ਉਹਨਾਂ ਦਾ ਵਿਆਜ ਘਟਾਉਣਾ ਪਊਗਾ। ਇਸ ਦੇ ਨਾਲ ਹੀ ਪਿਛਲੇ ਸਮੇਂ 'ਚ ਦੇਖਦੇ ਹਾਂ ਬੈਂਕਾਂ ਦਾ NPA ਲਗਾਤਾਰ ਵੱਧ ਰਿਹਾ। ਪਿਛਲੇ ਸਮੇਂ ਤੋਂ ਮੀਡੀਆ ਦੇ ਵਿੱਚ ਜੋ ਆਏ ਹੈ ਜੋ ਕਾਰਪੋਰੇਟ ਘਰਾਣੇ ਇੱਥੋਂ ਦੇ ਲੋਨ ਲੈ ਕੇ ਬਾਹਰ ਫਰਾਰ ਹੋ ਗਏ ਨੇ,